ਪਸੀਨਾ ਆਇਆ, ਕਿੰਨੀ ਸੈਟਿੰਗ ਹੈ, ਉਹ ਆਪਣਾ ਇੱਕ ਫਰਜ਼ ਅਦਾ ਕਰ ਰਿਹਾ। ਇੱਕ ਉਹਨਾਂ ਨੂੰ ਪਰਮਾਤਮਾ ਨੇ, ਗੁਰੂ ਸਾਹਿਬ ਨੇ ਇੱਕ ਡਿਊਟੀ ਦਿੱਤੀ ਹੋਈ ਹੈ ਕਿ ਤੁਸੀਂ ਹੋਕਾ ਦਿੰਦੇ ਜਾਣਾ ਆ, ਜਿਹੜਾ ਕੋਈ ਰਲ ਗਿਆ ਤੇ ਉਹਨੂੰ ਲਈ ਜਾਣਾ ਆ। ਬਹੁਤ ਵਧੀਆ ਫਰਜ਼ ਨਿਭਾ ਰਿਹਾ। ਤੁਹਾਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਸਿਖਾਈਆਂ, ਦੇਖੋ ਸਪੈਸ਼ਲੀ ਕੋਈ ਚੱਲ ਕੇ ਆ ਰਿਹਾ, ਜਿਹੜੀਆਂ ਜਿਹੜੀਆਂ ਚੀਜ਼ਾਂ ਸਿਖਾਈਆਂ ਉਹਨੂੰ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰਕੇ ਦੇਖੋ ਬੇਟਾ। ਫਿਰ ਮਿਰੈਕਲ ਜਾਂ ਚਮਤਕਾਰ ਇੱਕ ਨਾ ਬਹੁਤ ਦੂਰ ਦੇ ਸ਼ਬਦ ਹੋ ਜਾਣਗੇ ਤੁਹਾਡੇ ਲਈ। ਪਹਿਲਾਂ ਵੀ ਕਿਹਾ ਸੀਗਾ ਕਿ ਸ਼ੇਅਰ ਕਰੋ, ਜਿਵੇਂ ਕਿ ਐਸਾ ਨਵੀਜ ਨੇ ਜਿੰਨੀਆਂ ਗੱਲਾਂ ਕੀਤੀਆਂ ਆ, ਤੁਸੀਂ ਘਰ ਜਾ ਕੇ ਆਪਣੇ ਮੰਮਾ ਪਾਪਾ ਨਾਲ, ਆਪਣੇ ਛੋਟੇ ਭੈਣ ਭਰਾ ਨਾਲ, ਆਪਣੇ ਦਾਦੇ ਦਾਦੀ ਨਾਲ ਸ਼ੇਅਰ ਕਰੋ। ਨਵੀਜ ਨੇ ਕਿਹਾ ਨਾ ਤੁਹਾਨੂੰ ਦਾਦੇ ਦਾਦੀ ਦਾ ਨਾਮ ਨਹੀਂ ਪਤਾ। ਮੈਂ ਕਿੰਨੀ ਵਾਰ ਅਸੈਂਬਲੀ 'ਚ ਜਾਂ ਮੈਂ ਕਿੰਨੀ ਈਵੈਂਟ ਆਰਗਨਾਈਜ਼ ਕਰਦੀ ਹਾਂ, ਦਾਦੀਆਂ ਨੇ ਕੀਤੇ ਸੀ ਨਾ ਦਾਦੇ ਦਾਦੀ ਲਈ ਵੀ, ਜਿਵੇਂ ਦਾਦੇ ਦਾਦੀਆਂ ਲਈ ਵੱਖਰੇ ਈਵੈਂਟ ਆਰਗਨਾਈਜ਼ ਕਰਦੀ, ਬੜੇ ਖੁਸ਼ ਹੁੰਦੇ ਨੇ ਕਿ ਮੈਮ ਸਾਨੂੰ ਵੀ ਮੌਕਾ ਮਿਲਦਾ ਆ ਸਟੇਜ ਤੇ ਆਉਣ ਦਾ। ਮੈਂ ਉਹਨਾਂ ਨੇ ਕਰਦੀ ਹਾਂ। ਕਿੰਨੀ ਵਾਰ ਕਿਹਾ ਹੋਇਆ ਕਿ ਜਿਹੜੇ ਇਹ ਵਾਲੇ ਪੇਰੈਂਟਸ ਨੇ, ਇਹ ਇਹੋ ਜਿਹਾ ਅਨਮੁੱਲਾ ਤੋਹਫਾ ਆ ਜਿਹੜਾ ਜ਼ਿੰਦਗੀ 'ਚ ਨਹੀਂ ਮਿਲਦਾ। ਮਾਂ ਪਿਓ ਨਹੀਂ ਮਿਲਦੇ, ਦਾਦਾ ਦਾਦੀ ਨਹੀਂ ਮਿਲਦੇ, ਬਲੈਸਿੰਗ ਉਹਨਾਂ ਦੀ ਹੀ ਹੁੰਦੀਆਂ ਆ। ਹੁਣ ਜੇ ਵੀ ਜਿਹਨੇ ਕਿਹਾ ਪਾਠ ਕਰ 5-10 ਮਿੰਟ, ਕੁਛ ਫਰਕ ਨਹੀਂ ਪੈਂਦਾ, ਪਰ ਤੁਹਾਡੇ ਅੰਦਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਦੱਬੀਆਂ ਜਾਣਗੀਆਂ ਤੇ ਚੰਗੀਆਂ ਚੀਜ਼ਾਂ ਬਾਹਰ ਆਉਣਗੀਆਂ ਜਦੋਂ ਤੁਸੀਂ ਪਾਠ ਕਰ ਦੋ। ਮਨ ਦੇ ਬੜੇ ਡਾਊਟਸ ਹੋਣਗੇ, ਮਨ ਦੀਆਂ ਕਈ ਟੈਨਸ਼ਨਸ ਹੋਣਗੀਆਂ, ਤੁਹਾਨੂੰ ਕਹਿੰਦੇ ਨੇ ਪੇਪਰ ਤੋਂ ਪਹਿਲਾਂ 5-10 ਮਿੰਟ ਜਾਪ ਕਰ ਲਓ, ਦੇਖਿਓ ਤੁਹਾਨੂੰ ਪੋਜ਼ਿਟਿਵ ਵਾਈਬਸ ਆਣਗੇ। ਜਦੋਂ ਪੋਜ਼ਿਟਿਵ ਵਾਈਬਸ ਆ ਗਏ ਫਿਰ ਕੋਈ ਵੀ ਚੀਜ਼ ਤੁਹਾਨੂੰ ਹਰਾ ਨਹੀਂ ਸਕਦੀ। ਰਿਸਪੈਕਟ ਕਰਨੀ ਸਭ ਤੋਂ ਪਹਿਲਾਂ, ਪਾਠ ਤੋਂ ਵੀ ਪਹਿਲਾਂ ਮੈਂ ਇਹ ਕਹੂੰਗੀ, ਪਹਿਲਾਂ ਆਪਣੇ ਮਾਂ ਪਿਓ ਦੀ ਰਿਸਪੈਕਟ ਕਰੋ, ਉਹਨਾਂ ਨੂੰ ਫੁੱਟ ਵਿਸ਼ ਕਰਕੇ ਆਓ। ਸਾਨੂੰ ਇੱਥੇ ਕਰ ਦਿਓ, ਦੂਸਰੀ ਚੀਜ਼ ਆ।